ਬਹੁਤ ਵਧੀਆ ਚੱਲ ਰਿਹਾ, ਪੂਰਾ ਵਰਕਰ ਮਿਲਣੀ ਪ੍ਰੋਗਰਾਮ ਸਾਡਾ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ। ਤਕਰੀਬਨ 2.5-2 ਲੱਖ ਵਰਕਰਾਂ ਨੂੰ ਅਸੀਂ ਮਿਲ ਚੁੱਕੇ ਹਾਂ। ਵਰਕਰਾਂ ਦੇ ਵਿੱਚ ਬੜਾ ਜੋਸ਼ ਹੈਗਾ ਅਤੇ ਵੱਡੀ ਗੱਲ ਹੈ ਕਿ ਜਿਹੜਾ ਜਨਰਲ ਫੀਡਬੈਕ ਪੰਜਾਬ ਦਾ ਆਇਆ, ਕਾਂਗਰਸ ਦੇ ਝੂਠੇ ਲਾਰਿਆਂ ਤੋਂ ਲੋਕ ਬੜੇ ਦੁਖੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੂਰੀ ਪੰਜਾਬ ਦੀ ਜਨਤਾ ਹੋ ਗਈ ਹੈ, ਕਿਉਂਕਿ ਜਿਹੜਾ ਮੁੱਖ ਮੰਤਰੀ ਝੂਠੀ ਗੁਟਕਾ ਸਾਹਿਬ ਦੇ ਸਹੁੰ ਖਾ ਸਕਦਾ, ਗੁਟਕਾ ਸਾਹਿਬ ਦੀ, ਇਹ ਤੋਂ ਮਾੜਾ ਇਨਸਾਨ ਕੌਣ ਹੋ ਸਕਦਾ। ਸੋ ਲੋਕਾਂ ਦੇ ਵਿੱਚ ਇੱਕ ਪੂਰੀ ਫਰਸਟ੍ਰੇਸ਼ਨ ਹੈ ਸਰਕਾਰ ਦੇ ਖਿਲਾਫ। ਸਾਰੀ ਜਿਹੜੀ ਜਾਂਚ ਹੈ, ਸਾਰਾ ਪਹਿਲੇ ਰਣਜੀਤ ਸਿੰਘ ਕਮਿਸ਼ਨ, ਹੁਣ ਤਾਂ SIT ਸਾਹਮਣੇ ਆ ਗਈ, ਸਾਰਾ ਹੀ ਪੋਲੀਟੀਕਲ ਡਰਾਮਾ ਹੈ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 10 ਦਿਨ ਪਹਿਲੇ ਟੀਚਰਾਂ 'ਤੇ ਲਾਠੀਚਾਰਜ ਕੀਤਾ ਗਿਆ ਪਟਿਆਲੇ, ਟੀਚਰਸ ਬਹੁਤ ਜ਼ਖਮੀ ਹੋ ਗਏ। ਮੈਨੂੰ ਲੱਗਦਾ 307 ਦਾ ਪਰਚਾ ਕੈਪਟਨ ਸਾਹਿਬ 'ਤੇ ਹੋਣਾ ਚਾਹੀਦਾ ਹੈ, 307 ਦਾ ਪਰਚਾ ਹੋਣਾ ਚਾਹੀਦਾ ਹੈ, ਅਤੇ ਜਿਹੜਾ ਪੁਲਿਸ SSP ਹੈ ਉਹਦੇ 'ਤੇ 307 ਦਾ ਹੋਣਾ ਚਾਹੀਦਾ ਹੈ, ਸਾਰਿਆਂ ਨੂੰ ਅਰੈਸਟ ਹੋਣਾ ਚਾਹੀਦਾ, ਨਾਲੇ ਸਾਡੇ DGP ਦੇ ਹੋਣਾ ਚਾਹੀਦਾ। ਇੱਥੇ ਅਬਾਊਟ 8-9 ਸਾਲ ਪਹਿਲੇ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸੀ 2002-2010, ਉਹ ਆਪਣੇ ਬਰਨਾਲੇ ਵਿੱਚ ਕਿਸਾਨਾਂ 'ਤੇ ਗੋਲੀ ਚਲਾਈ, 2 ਕਿਸਾਨ ਮਾਰੇ ਗਏ। ਕੈਪਟਨ ਸਾਹਿਬ ਦੇ ਖਿਲਾਫ 302 ਦਾ, DGP ਦੇ ਉਦੋਂ ਦੇ ਖਿਲਾਫ 302 ਦਾ, ਅਤੇ ਸਾਰੇ ਉੱਥੇ ਪੁਲਿਸ ਮੁਲਾਜ਼ਮ ਦੇ 302 ਮਰਡਰ ਦਾ ਕੇਸ ਰਜਿਸਟਰ ਹੋਣਾ ਚਾਹੀਦਾ। ਉਹਦੇ ਬਾਅਦ ਕਿੰਨੇ, ਮੈਨੂੰ ਲੱਗਦਾ ਕੈਪਟਨ ਸਾਹਿਬ ਦੇ ਰਾਜ ਵਿੱਚ ਜਿੰਨੇ ਲਾਠੀਚਾਰਜ ਹੋਇਆ, ਮੈਨੂੰ ਲੱਗਦਾ 100 ਤੱਕ ਕੇਸ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਤੇ DGP ਅਤੇ ਸਾਰੇ SSPਾਂ ਦੇ ਖਿਲਾਫ ਰਜਿਸਟਰ ਹੋਣਾ ਚਾਹੀਦਾ। ਮੈਂ ਤਾਂ ਵਿਧਾਨ ਸਭਾ 'ਚ ਗੱਲ ਕਰੂੰਗਾ ਕਿ ਜਿਹੜਾ ਇੱਥੇ ਜੋ ਵੀ ਕੁਛ ਹੋ ਰਿਹਾ, ਇੱਕ ਕੈਪਟਨ ਸਾਹਿਬ ਦੇ ਝੂਠ ਬੋਲਣ 'ਤੇ, ਝੂਠੀ ਸਹੁੰ ਖਾਣ 'ਤੇ ਸਿੱਖ ਧਰਮ ਦੇ, ਉਹਦਾ ਵੀ ਕੇਸ ਹੋਣਾ ਚਾਹੀਦਾ ਹੈ, ਕਿਉਂਕਿ ਕੈਪਟਨ ਸਾਹਿਬ ਦੀ ਸਰਕਾਰ ਝੂਠ ਦਾ ਪਲੰਦਾ। ਇਹ ਤੋਂ ਮਾੜਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ 'ਚ ਨਹੀਂ ਹੋਇਆ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ, ਮਹਾਰਾਜ ਦੀ ਸਹੁੰ ਖਾ ਕੇ, ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਗੁਰੂ ਘਰ ਦੇ ਸਹੁੰ ਖਾ ਕੇ ਮੁੱਕਰ ਸਕਦਾ ਹੈ, ਉਹ ਮੁੱਖ ਮੰਤਰੀ ਕੀ ਲੱਗਦਾ ਰਹਿਣ ਦੇ ਲਾਇਕ ਨਹੀਂ ਹੈ। ਪੂਰੇ ਪੰਜਾਬ ਦੀ ਹਾਲਾਤ ਮੈਂ ਦੇਖੋ ਕੀ ਹੋਇਆ, ਜਿੱਥੇ ਅਸੀਂ ਪੁਲ ਛੱਡ ਕੇ ਗਏ ਸੀ ਉੱਥੇ ਰੁਕੇ ਪਏ ਹੈ। ਜਿਹੜੀ ਸੜਕ ਅਸੀਂ ਜਿਵੇਂ ਬਣਾਉਂਦੇ ਸੀ, ਕਈ ਸ਼ਹਿਰਾਂ 'ਚ ਮੈਂ ਜਾ ਕੇ ਆਇਆ ਜਿੱਥੇ ਸੀਵਰੇਜ ਦਾ ਕੰਮ ਮੈਂ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਸੀ, ਉੱਥੇ ਹੀ ਬੰਦ ਹੋ ਗਿਆ ਅਤੇ 2 ਸਾਲ ਹੋ ਗਏ, ਉਹ ਟੋਏ ਉਵੇਂ ਪਏ ਹੈ, ਨਾਲੀਆਂ ਪੱਟੀਆਂ ਪਈਆਂ, ਲੋਕਾਂ ਦਾ ਬੁਰਾ ਹਾਲ ਹੋਇਆ ਪਿਆ। ਮੈਂ ਕਹਿੰਦਾ ਕਿ ਸਟ੍ਰਿਕਟ ਐਕਸ਼ਨ ਮੰਤਰੀ 'ਤੇ ਲੈਣਾ ਚਾਹੀਦਾ, ਪਰਚਾ ਰਜਿਸਟਰ ਹੋਣਾ ਚਾਹੀਦਾ, ਮੰਤਰੀ ਨੂੰ ਅਰੈਸਟ ਕਰਨਾ ਚਾਹੀਦਾ। ਅਤੇ ਕਿਉਂ ਨਹੀਂ ਅੱਗੇ ਕਰਦੇ ਆ ਘਪਲਾ, ਨਾਲੇ ਉਹਨਾਂ ਦੇ ਡਿਪਾਰਟਮੈਂਟ ਨੇ ਆਪ ਅਨੌਥ ਕੀਤਾ। ਸਾਰੀ ਸ਼ਰਾਬ ਨੰਬਰ 2 ਦੀ MLA ਕਾਂਗਰਸ ਦੇ ਵੇਚ ਰਿਹਾ ਪੰਜਾਬ 'ਚ, ਪੂਰੇ ਪੰਜਾਬ 'ਚ, ਹਰਿਆਣੇ ਤੋਂ ਆ ਰਹੀ ਹੈ ਸ਼ਰਾਬ, ਆਹ ਡਿਸਟਿਲਰੀਆਂ ਤੋਂ ਖਰਸ਼ਰੇਆਮ ਕੱਢ ਰਹੇ ਆ ਸ਼ਰਾਬ, ਅਤੇ ਮੰਤਰੀ ਵੇਚ ਰਹੇ ਆ ਰੇਤੇ ਦੀ, ਸਾਰੇ ਮੰਤਰੀਆਂ ਨੇ ਏਰੀਆ ਵੰਡਿਆ, MLA ਨੇ ਰੇਟ, ਉਹਦੇ ਇਲੀਗਲ ਮਾਈਨਿੰਗ ਚੱਲੀ ਜਾਂਦੀ ਹੈ। ਸੋ ਅੱਜ ਪੰਜਾਬ ਦੇ ਵਿੱਚ ਕੋਈ ਕਾਨੂੰਨ ਹੈ ਨਹੀਂ, ਕੋਈ ਰੂਲ ਲਾਅ ਵੀ ਹੈ ਨਹੀਂ। ਚੰਗਾ ਜੀ, ਥੈਂਕ ਯੂ। ਸਿੱਟ ਆ ਸਾਰੇ ਕਾਂਗਰਸ ਦੀ ਬੋਲੀ ਬੋਲੀ ਜਾਂਦੀ ਹੈ, ਮੁੱਖ ਮੰਤਰੀ ਦੇ ਦੇਸ਼, ਮੁੱਖ ਮੰਤਰੀ ਫੈਸਲਾ ਕਰਦਾ, ਸਿੱਟ ਨੇ ਅੱਜ ਕੀ ਕਰਨਾ, ਕੱਲ੍ਹ ਕੀ ਕਰਨਾ, ਕੀ ਲਿਖਣਾ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਊਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ, ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।